ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲਵਲੀ। ਅੱਜ ਆਪਾਂ ਇਸ ਵੀਡੀਓ 'ਚ ਇਹ ਦੇਖਾਂਗੇ ਕਿ ਹਿਕਵਿਜ਼ਨ ਦਾ IP ਕੈਮਰਾ ਕਿਸੇ ਅਦਰ NVR 'ਤੇ ਕਿੱਦਾਂ ਐਡ ਕਰਨਾ, ਥਰਡ ਪਾਰਟੀ NVR 'ਤੇ ਕਿਵੇਂ ਐਡ ਕਰਨਾ, ਹਿਕਵਿਜ਼ਨ ਕੈਮਰੇ ਦੀ ਔਨ ਵਿਫ ਪ੍ਰੋਟੋਕਾਲ ਅਨੇਬਲ ਕਿੱਦਾਂ ਕਰਨੀ ਆ, ਯੂਜ਼ਰ ਕ੍ਰੀਏਟ ਕਿੱਦਾਂ ਕਰਨਾ। ਠੀਕ ਹੈ ਜੀ, ਮੈਂ ਤੁਹਾਨੂੰ ਸਾਰਾ ਲਾਈਵ ਪ੍ਰੈਕਟੀਕਲ ਕਰਕੇ ਦਿਖਾਊਂਗਾ। ਚਲੋ ਆ ਜਾਓ, ਵੀਡੀਓ 'ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਲੈਪਟਾਪ ਦੇ ਬਰਾਊਜ਼ਰ 'ਤੇ ਹਿਕਵਿਜ਼ਨ ਕੈਮਰੇ ਦਾ IP ਐਡਰੈਸ ਸਰਚ ਕਰ ਲੈਣਾ, ਪਾਸਵਰਡ ਭਰ ਲੈਣਾ। ਠੀਕ ਹੈ ਜੀ, ਅਤੇ ਸੈਟਿੰਗ ਖੁੱਲ੍ਹਣ ਤੋਂ ਬਾਅਦ, ਕੈਮਰਾ ਖੁੱਲ੍ਹਣ ਤੋਂ ਬਾਅਦ ਕੌਨਫਿਗਰੇਸ਼ਨ, ਨੈਟਵਰਕ, ਐਡਵਾਂਸ ਸੈਟਿੰਗ ਐਂਡ ਇੰਟੀਗ੍ਰੇਸ਼ਨ ਪ੍ਰੋਟੋਕਾਲ ਹੋਊਗਾ, ਇਹਦੇ 'ਚ ਅਨੇਬਲ ਆਨ ਵਿਫ ਕਰਕੇ ਸੇਵ ਕਰ ਲੈਣਾ। ਠੀਕ ਹੈ ਜੀ, ਇੱਕ ਯੂਜ਼ਰ ਕ੍ਰੀਏਟ ਕਰਨਾ, ਐਡ 'ਤੇ ਕਲਿੱਕ ਕਰਕੇ ਯੂਜ਼ਰ ਕ੍ਰੀਏਟ ਕਰੋ, ਨੇਮ ਭਰ ਲਓ ਕੋਈ ਵੀ, ਤੁਸੀਂ ਜੋ ਭਰਨਾ ਚਾਹੁੰਦੇ ਹੋ। ਮੈਂ ਯੂਜ਼ਰ 1 ਭਰਤਾ, ਪਾਸਵਰਡ ਪਾਸਵਰਡ ਭਰ ਕੇ ਸਿੰਪਲ ਓਕੇ ਕਰ ਦੇਣਾ, ਅਤੇ ਸੇਵ ਕਰਕੇ ਇੱਕ ਵਾਰ ਇਹਨੂੰ ਰੀਬੂਟ ਕਰ ਦੇਣਾ ਤਾਂ ਕਿ ਇਹ ਅਨੇਬਲ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਹੋ ਸਕੇ। ਇੱਕ ਵਾਰ ਤੁਸੀਂ ਚੈੱਕ ਕਰ ਲੈਣਾ ਕਿ ਯੂਜ਼ਰ ਬਣ ਚੁੱਕੇ ਆ ਔਨ ਵਿਫ ਵਾਲਾ, ਉੱਦਾਂ ਹੀ ਐਡਵਾਂਸ ਸੈਟਿੰਗ ਜਾ ਕੇ ਯੂਜ਼ਰ ਕ੍ਰੀਏਟ ਹੋ ਚੁੱਕੇ ਆ। ਓਕੇ ਆ, ਹੁਣ ਤੁਸੀਂ ਆਪਣੇ ਲੋਕਲ NVR ਦਾ IP ਐਡਰੈਸ ਬਰਾਊਜ਼ਰ 'ਤੇ ਓਪਨ ਕਰਨਾ। ਠੀਕ ਹੈ ਜੀ, ਕੈਂਸਲ, ਡਿਵਾਈਸ ਮੈਨੇਜਰ 'ਚ ਜਾਣਾ, ਡਿਜੀਟਲ ਚੈਨਲ ਜਾਂ ਔਨਲਾਈਨ ਚੈਨਲ ਕੁਛ ਇੱਦਾਂ ਲਿਖਿਆ ਹੁੰਦਾ ਲੋਕਲ NVR 'ਤੇ। ਠੀਕ ਹੈ ਜੀ, ਉਹ ਤੁਸੀਂ ਦੇਖਣਾ, ਕਲਿੱਕ ਕਰੋ ਡਿਜੀਟਲ ਚੈਨਲ 'ਤੇ, ਕੈਮਰਾ ਨੰਬਰ ਸਲੈਕਟ ਕਰ ਲਓ, ਕਿੰਨੇ ਨੰਬਰ 'ਤੇ ਐਡ ਕਰਨਾ। ਠੀਕ ਆ, ਇਹਨੂੰ ਅਨੇਬਲ ਕਰੋ। ਐਡ ਕਰਨ ਤੋਂ ਬਾਅਦ ਤੁਸੀਂ IPC ਉੱਤੇ ਰੱਖਣਾ, ਇੱਥੇ ਔਨ ਵਿਫ ਪ੍ਰੋਟੋਕਾਲ ਸਲੈਕਟ ਕਰਨਾ, IP ਐਡਰੈਸ 192.168.1.251। ਠੀਕ ਹੈ ਜੀ, ਇੱਥੇ ਤੁਸੀਂ ਪ੍ਰੋਟੋਕਾਲ AT ਭਰਨਾ। ਠੀਕ ਹੈ, ਯੂਜ਼ਰ ਨੇਮ ਜੋ ਤੁਸੀਂ ਕ੍ਰੀਏਟ ਕੀਤਾ, ਪਾਸਵਰਡ ਜੋ ਤੁਸੀਂ ਰੱਖਿਆ ਸੀ ਔਨ ਵਿਫ ਦਾ, ਭਰ ਕੇ ਓਕੇ ਕਰੋ। ਓਕੇ ਆ ਗਿਆ, ਹਾਂਜੀ ਆ ਗਿਆ, ਇਹਨੂੰ ਐਡ ਕਰੋ, ਓਕੇ ਕਰੋ। ਡਿਵਾਈਸ ਮੈਨੇਜਰ 'ਚ ਜਾ ਕੇ ਚੈੱਕ ਕਰੋ ਵੀ ਇਹ ਕੈਮਰਾ ਔਨਲਾਈਨ ਹੋ ਚੁੱਕਿਆ ਜਾਂ ਨਹੀਂ ਹੋ ਚੁੱਕਿਆ। ਚੈਨਲ ਸਟੇਟਸ ਆ ਦੇਖੋ, ਕਨੈਕਟਡ, ਅਤੇ ਲਾਈਵ ਵੀ ਚੈੱਕ ਕਰ ਲੈਂਦੇ ਹਾਂ ਆਪਾਂ। ਲਓ ਜੀ, ਠੀਕ ਹੈ ਜੀ। ਇੱਦਾਂ ਤੁਸੀਂ ਕੋਈ ਵੀ ਹਿਕਵਿਜ਼ਨ ਦਾ ਕੈਮਰਾ ਕਿਸੇ ਅਦਰ NVR 'ਤੇ ਚਲਾ ਸਕਦੇ ਹੋ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰੋ।